ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਇਹ ਮਕਾਨ ਢਹਿ ਢੇਰੀ ਹੋ ਗਿਆ ਤੇ 2 ਮੰਜ਼ਿਲਾ ਇਮਾਰਤ ਡਿੱਗਣ ਦੀ ਇਹ ਸਾਰੀ ਘਟਨਾ ਉੱਥੇ ਖੜੇ ਇੱਕ ਵਿਅਕਤੀ ਵੱਲੋਂ ਆਪਣੇ ਫੋਨ ਦੇ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ। ਇਹ ਘਟਨਾ ਮਹਾਰਾਜ ਜੰਗ ਗੋਰਖਪੁਰ ਦੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਡਿੱਗ ਗਿਆ। ਦਰਅਸਲ ਸੜਕ ਨੂੰ ਚੌੜੀ ਕਰਨ ਦੇ ਚਲਦੇ ਇਸ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸਕਿੰਟਾ ਦੇ ਵਿੱਚ ਢਹਿ ਢੇਰੀ ਹੋ ਗਿਆ। ਹਾਲਾਂਕਿ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਸ ਚੀਜ਼ ਦਾ ਬਚਾ ਰਿਹਾ, ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਇੱਕ ਵਿਅਕਤੀ ਦੇ ਵੱਲੋਂ ਬਣਾ ਲਈ ਗਈ।